मैं क्या दस दिए, मैं क्या की दस दिए कुछ अप यार कि मैं बर्गर किंग तो आ कुछ मंगाया खान लो तुसी खाना तुसी नहीं तुसी नहीं खाना नहीं चलो कोई नहीं मैं फिर कल ही खा लूंगा ठीक है जी श्री मुनि रुक जा ਬਾਬਿਓ ਅਸੀਂ ਖਾ ਖੂ ਲਿਆ ਸੀ ਅਤੇ ਖਾ ਖਾਉਣ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਆਪਾਂ ਦੇਖੋ ਮੌਸਮ ਬੜਾ ਸੋਹਣਾ ਆਇਆ ਚੰਡੀਗੜ੍ਹ ਵਿੱਚ ਅਤੇ ਦੇਖ ਲਓ ਉੱਥੇ ਮੀਂਹ ਪੈਣ ਦਾ ਮਾਹੌਲ ਹੋਇਆ ਅਤੇ ਮੈਨੂੰ ਲੱਗਣ ਡਿਆ ਕਿ 10 ਮਿੰਟਾਂ ਵਿੱਚ ਮੀਂਹ ਪੈਣ ਵੀ ਸਕਦਾ ਅਤੇ ਯਾਰ ਹੋਪ ਸੀਗੀ ਇੱਥੇ ਸਾਨੂੰ ਕੋਈ ਫੇਮਸ ਪਰਸਨੈਲਿਟੀ ਮਿਲ ਜੇ ਬਟ ਕੋਈ ਮਿਲੀ ਨਹੀਂ ਹੈ ਨਾ ਮਾਣੋ ਮਿਲੀ ਨਹੀਂ ਚਲੋ ਕੋਈ ਨਹੀਂ ਇਸ ਗੱਡੀ ਦੇਖੋ ਬੈਸਟ ਰੱਖਾਈ ਇਹਨਾਂ ਨੇ ਕਿਉਂ ਮੰਨਦੇ ਆ ਮਾਣੋ ਮੰਨਦਾ ਮੈਨੇ ਬੈਸਟ ਕਢਾਈ ਆ ਇੱਥੇ ਕਹਿੰਦੇ ਮੇਰੇ ਵੀਰੋ ਅਤੇ ਗੱਲ ਕੁਛ ਇੱਦਾਂ ਵਾ ਕਿ ਮੈਨੂੰ ਕੋਈ ਗੱਲ ਨਹੀਂ ਆਉਣ ਦੀ ਹੁਣ ਬਸ ਯਾਰ ਮੈਨੂੰ ਕੋਈ ਫੇਮਸ ਪਰਸਨੈਲਿਟੀ ਦਿਖਾ ਦਿਉ ਯਾਰ ਮੇਰਾ ਦੇਖਣ ਨੂੰ ਬੜਾ ਮੇਰਾ ਦੇਖਣ ਨੂੰ ਨਹੀਂ ਮਤਲਬ ਮੇਰੇ ਵਲੋਗਸ ਪ੍ਰਮੋਟ ਕਰਨ ਨੂੰ ਬੜਾ ਜੀ ਕਰਨ ਡਿਆ ਹੈ ਅਤੇ ਬਸ ਬਾਏ ਕੀ ਕਰਨ ਡਿਆ ਫੋਟੋਆਂ ਦੇਖੀਆਂ ਤਾਂ ਖਿੱਚੀਆਂ ਮੈਨੂੰ ਇੰਨੀਆਂ ਫੋਟੋ ਖਿਚਾਈਆਂ ਨੇ ਇੰਨੀਆਂ ਫੋਟੋ ਖਿਚਾਈਆਂ ਆਹ ਤੁਸੀਂ ਵੀ ਦੇਖ ਲਓ ਵੀ ਯਾਰ ਉੱਥੇ ਮੇਰੀ ਪੁਰਾਣੀ ਵੀਡੀਓ ਸ਼ੇਅਰ ਸਾਰਿਆਂ ਦੇਖਿਓ ਰੀਲ ਦੀ ਬੈਕਗਰਾਊਂਡ 'ਚ ਇਹ ਸੀਗਾ ਆਹ ਫਰੰਟ ਆ ਜਿਵੇਂ ਤੁਹਾਨੂੰ ਪਤਾ ਮੈਨੂੰ ਫੀਲਿੰਗ ਆ ਰਹੀ ਸੀ ਕਿ ਸਾਨੂੰ ਕੋਈ ਫੇਮਸ ਬੰਦਾ ਮਿਲੂਗਾ ਐਵੇਂ ਮਿਲ ਗਿਆ ਮਨ ਕੌਣ ਮਿਲਿਆ ਤਿੰਨ ਚਾਰ ਜਣੇ ਮਿਲ ਗਏ ਮੈਨੂੰ ਉਹਦਾ ਨਾਮ ਹੈਗਾ ਵਾ ਅਮੁੱਲਿਆ ਰਤਨ ਕਰਕੇ ਕੁਛ ਆ ਉਹ ਮਿਲਿਆ ਤਾਂ ਆਈ ਡੀ ਦਿਖਾਈ ਮਨ ਮਿਲੇ ਨਹੀਂ ਮੇਰਾ ਦੇਖੀ ਆ ਉਹ ਡਾਂਸ ਸਿੱਖ ਨਹੀਂ ਜਾਂਦੇ ਆ ਤੇਰੀ ਫੋਟੋ ਕਰਾਈ ਆ ਕੁੜੀ ਆ ਆ ਦੇਖੋ ਫੋਲੋਅਰਸ ਦੇਖੋ ਉਹਦੇ ਕਿੰਨੇ 4.5 ਮਿਲੀਅਨ ਜੀ ਯਾਰ ਅਤੇ ਇਹਦੇ ਨਾਲ ਦਾ ਮੁੰਡਾ ਦਿਖਾਈ ਹਾਰਦਿਕ ਕਰਕੇ ਆ ਕੋਈ ਮੁੰਡਾ ਹੈ ਨਾ ਸਾਰੇ ਰੀਲ ਵਾਲੇ ਤੂੰ ਬੋਲ ਪਾ ਕਿਤੇ ਜੀ ਮੈਨੂੰ ਸਾਨੂੰ ਬਾਈ ਇਹ ਤਾਂ ਬਾਲਾ ਸੰਗ ਦਾ ਉਹਦੇ ਤੱਕ ਇਕੱਲੇ ਇਕੱਲੇ ਨੱਚੀ ਜਾਂਦੇ ਆ ਅਸੀਂ ਸਿਰਫ ਪਰਾਂ ਬੋਲ ਹੀ ਸਕਦੇ ਹਾਂ ਨਾ ਉਹ ਇਕੱਲਾ ਅਲੱਗ ਲੋਕੋ ਕਿਵੇਂ ਨੱਚੀ ਜਾਂਦਾ ਮਤਲਬ ਕੋਈ ਮਤਲਬ ਅਸੀਂ ਵੀ ਇੱਕ ਦਿਨ ਇੱਦਾਂ ਹੋਵਾਂਗੇ ਨਾ ਬਾਈ ਨੂੰ ਕਹਾਂ ਬਾਈ ਫੋਟੋ ਕਰਾ ਦੇ ਜੀ ਯਾਰ ਨਹੀਂ ਫੋਟੋ ਨਹੀਂ ਕਰਾਉਣੀ ਨਹੀਂ ਕਹਿੰਦੇ ਬਾਬੇ ਹੁਣੀ ਕਿੱਥੇ ਆਏ ਨੇ ਦੇਖੋ ਕਿੰਨੀ ਚਲੋ ਅਸੀਂ ਜੂਸ ਪੀ ਕੇ ਤੁਹਾਨੂੰ ਜੂਸ ਵਾਲੀ ਦੁਕਾਨ ਲੱਭ ਕੇ ਫਿਰ ਪੀ ਕੇ ਫਿਰ ਤੁਹਾਨੂੰ ਮਿਲਦੇ ਆ ਓਕੇ ਬਾਏ ਯਾਰ ਨਹੀਂ ਮੇਰਾ ਮੂੰਹ ਨਹੀਂ ਆਤਾ ਦੇ ਹਾਂਜੀ ਬਾਬੇ ਕਿੱਦਾਂ ਤੇ ਆਪਾਂ ਨੂੰ ਵਲੌਗਰ ਮਿਲੇ ਨੇ ਤੇ ਨਹੀਂ ਫਿਰ ਸੇ ਇਹ ਵਾਲਾ ਸੱਚ ਮੈਂ ਨਹੀਂ ਨਹੀਂ ਅੱਛਾ ਹੈ ਅੱਛਾ ਬਹੁਤ ਵਧੀਆ ਵਾ ਬਹੁਤ ਵਧੀਆ ਤੇ ਵਲੌਗਰ ਮਿਲੇ ਨੇ ਤੇ ਵੀ ਵਲੌਗ ਬਣਾਉਂਦੇ ਆ ਤੁਸੀਂ ਸਬਸਕ੍ਰਾਈਬ ਕਰੋ ਨਾ ਚੈਨਲ ਦਾ ਨਾਮ ਬੋਲ ਦੋ ਇਨਸ਼ਾ ਸਲਾਇਆ ਦੇਖ ਲੈ ਇਧਰ ਹੈਲੋ ਸਲਮਾਨ ਤੇ ਤੂੰ ਬੋਲ ਕਿਹ ਹੈਲੋ ਹੈਲੋ ਸਾਡੀ ਗੱਲ ਮੰਨ ਕੇ ਸਬਸਕ੍ਰਾਈਬ ਕਰ ਦਿਓ ਸਲਮਾਨ ਕੈਸ਼ ਕਰ ਲਓ ਠੀਕ ਹੈ ਜਾਰ ਇੱਕ ਵਾਰੀ ਫੇਰ ਲਾਈਕ ਕੇ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਕਮੈਂਟ ਕਰ ਦੋ ਲਾਈਕ ਕੇ ਲਾਈਕ ਐਦਾਂ ਐਸਾ ਕੇ ਲਾਈਕ ਕਰ ਦੋ ਤੇ ਕਮੈਂਟ ਕਰ ਦੋ ਹਾਂ ਝੂਟਾ ਤੂੰ ਖੇਡ ਲਾ ਹੁਣੇ ਇੱਕ ਨਾ ਮੁੰਡਾ ਵਾ ਕਹਿੰਦਾ ਮੈਨੂੰ ਜਿੱਥੋਂ ਮਰਦੀ ਵਾਗ ਮਾਰੋ ਮੈਂ ਉੱਥੋਂ ਵੀ ਭੱਜ ਕੇ ਆ ਜਾਊਂਗਾ ਹੁਣ ਆ ਉਹਨਾਂ ਨੂੰ ਹਾਕ ਮਾਰਨਗੇ ਸਲਮਾਨ ਕਹਿ ਕੇ ਇਹਨੂੰ ਭੱਜਿਆ ਹੀ ਆਊਗਾ ਦੇਖਿਓ ਸ਼ੂਕਦਾ ਹੀ ਆਉਂਦਾ ਕਿੱਥੇ ਆਉਂਦਾ ਦੇਖੋ ਜੇ ਕਿਤਾ ਕਰੋ ਓਏ ਆ ਗਿਆ ਤੇ ਲਾਈਕ ਵੀ ਕਰ ਦੋ ਕਮੈਂਟ ਵੀ ਸ਼ੇਅਰ ਵੀ ਫਰੰਟ ਨਾ ਉਹ ਕੁਆਲਿਟੀ ਨਹੀਂ ਆਉਂਦੀ ਕੇ ਲਵ ਯੂ ਆਲ ਕੇ ਆਈ ਲਵ ਯੂ ਆਲ
आई लव यू बोल नहीं क्या दीदी दी को बोल आई लव यू क्या लव यू दीदी नहीं आई लव यू दीदी शर्मा गया ब्लश कर गया ऐसे ही ऐसे दीदी जी गिड़ा बाबे बाला कुछ नहीं है मार्केट च आ मार्केट एड्डी वड्डी सारी इतें ही बस घूमती रही इधर कद उधर इतने मेन ये करके शायद पता नहीं मैंने पता बाला मैं तो मरी जाना भाई मैं ठंड लगन रही थी तो मैं फिर गड्डी से कोट कट के ले आया सॉरी यार मैं बाला रिकॉर्ड नहीं कर रहा चलिए मैं इंजॉय कर रहा सो दैट्स वाई मैं बाला फिर जी नहीं करता फोन के चक्कर सो चलो कोई नहीं माफ कर दो देखूंगा जो बाला दिखा सकता हूँ लगे दिखाऊंगा तो चलो तुम अगली क्लिप से मिलते हैं बाय बाय थोड़ा खाके भी मैं खाई फेंक दे अपने पाई को आइए जब फेंक दे सोने पर तबाह मेरे पाई का घोड़ा खाने लग दे ना यार पानी बकी मारू मत आई डांबी और डी इतने मोड़ मार कोई डाबराती बकी मारू मत आई डांबी और डी इतने मोड़ मार कोई डाबराती बिना रे तुम्हारे तुम पाते और मत मार मत डाब का जैक्सी साला एरिया का खाने के लोगे नहीं पुरी शायद सरकारी ना कोई टैक्सी गड्डी चंक बच्चों खड़े फिर मिट्टी एक एक जो आए पूरी रख पानी बकी मारू मत आई डांबी और डी इतने मोड़ मार कोई डाबराती बकी मारू मत आई डांबी और डी वापस आ गया पहले देने है ना आ फोन ही चलो जाता फोन ही चलो जाता उधर तो बैठा खाब हो गया खाब रब रब ने की किता रसी राम मैं रब नु को सी जाना लुधियाने आ गए आप सारा चंडीगढ़ बहुत मौजा की लाइक उत्थे वधिया फ्रेंड्स भी बनाए तीन चार ਇਹ ਪੁਲਿਸ ਵਾਲੇ ਕੀ ਕਰਦੇ ਫੋਟੋ ਖਿੱਚਦੇ ਫਿਰਦੇ ਆ ਅੱਛਾ ਇੱਥੇ ਵੀ ਲਾਤਾ ਲੱਗਦਾ ਨਹੀਂ ਨਹੀਂ ਫੋਟੋ ਖਿੱਚਦੇ ਸੀ ਕੀ ਪਤਾ ਫੋਟੋਗ੍ਰਾਫੀ ਕਰਦੇ ਹੁਣ ਪੁਲਿਸ ਵਾਲੇ ਜਸ ਹੈ ਅਸੀਂ ਜਾ ਇੱਥੇ ਦੇਖੋ ਪ੍ਰਮੋਸ਼ਨ ਕਰਦੀ ਆ ਨੰਬਰ ਆ ਫੋਨ ਲਾਓ ਟਾਈਮਿੰਗ ਦੇਖ ਲਓ ਆਪਣੇ ਆਪ ਹੀ ਜੱਗੀ ਦਾ ਨਾਮ ਲੈ ਲਿਓ ਉਹਨਾਂ ਨੂੰ ਤੈਨੂੰ ਬੱਸ 'ਚੋਂ ਬਾਹਰ ਕੱਢ ਦੋ ਅਤੇ ਦੇਖ ਲਓ ਆਪਾਂ ਆ ਗਏ ਹਾਂ ਯਾਰ ਵੈਸੇ ਨਾ ਮੈਂ ਕਹਿਣ ਦਾ ਵਲੋਗ ਦੇਖਿਆ ਯਾਰ ਉਹ ਬੜਾ ਸੋਹਣਾ ਵਲੋਗ ਬਣਾਉਂਦੇ ਆ ਸੀਗਾ ਇੱਕ ਮਤਲਬ ਬੰਦਾ ਮਿਲਿਆ ਸੀ ਆਪਾਂ ਨੂੰ ਅਸੀਂ ਬੈਠੇ ਹਾਂ ਅਸੀਂ ਟੋਪੀ 'ਚ ਪਜਾਮੇ ਜੀ ਬੈਠਾ ਮੈਂ ਨਵਾਂ ਕਵਰ ਲਿੱਤਾ ਤੁਹਾਨੂੰ ਸ਼ੀਸ਼ੇ 'ਚ ਦਿਖਾਊਂਗਾ ਚੰਗਾ ਘਰੇ ਜਾ ਕੇ ਹੋਰ ਕਿਹਨਾ ਘਰੇ ਤਾਂ ਜਾਣਾ ਜਾਣਾ ਜਾਈਏ ਨਾ ਮੈਂ ਜਾਣਾ ਚਲੋ ਬਾਈ ਪਹੁੰਚ ਗਏ ਅਸੀਂ ਮੁੱਲਾ ਬਰ ਆ ਗਿਆ ਆਈ ਕਾਂਟ ਕਾਲ ਚੰਡੀਗੜ੍ਹ ਜਾਣਾ ਕੋਈ ਨਹੀਂ ਦੁਬਾਰਾ ਚੱਲਾਂਗੇ ਮੰਮੀ ਆਉਂਦੀ ਆ ਲੈਣ ਸਾਨੂੰ ਮੇਰੀ ਮੰਮੀ ਗੱਡੀ ਚਲਾਉਂਦੀ ਤੇਰੀ ਸ਼ਾਪਿੰਗ ਕਰਾਉਣੀ ਆ ਹਾਂ ਉਹਦਾ ਚਲ ਜਾਣਾ ਆਪਾਂ ਮੰਮੀ ਦਾ ਫੋਨ ਵਾਲੀ ਹੈ ਗਾਇਸ ਗਾਇਸ ਹਨਾ ਵੀ ਆਰ ਸਟੈਂਡਿੰਗ ਹੇਅਰ ਇਟਸ ਬੀਇੰਗ ਲਾਈਕ 10 ਮਿੰਟਸ ਰਾਈਟ ਨਹੀਂ ਨਾਟ 10 ਮਿੰਟਸ ਆਈ ਥਿੰਕ ਇਟਸ ਬੀਇੰਗ ਲਾਈਕ 3 ਮਿੰਟਸ ਬਟ ਵੀ ਆਰ ਟਾਈਟ ਲਾਈਕ ਵੀ ਆਰ ਸਟੈਂਡਿੰਗ ਹੇਅਰ ਲੱਗਦਾ ਹੈ ਕਿ ਘੰਟੇ ਭਰਦੇ ਖੜੇ ਹੁੰਦੇ ਆ ਅੰਗਰੇਜ਼ੀ ਥੋੜ੍ਹੀ ਅੜ ਗਈ ਚਲੋ ਕੋਈ ਨਹੀਂ ਥੱਲੇ ਕੀ ਆ ਮਿੱਟੀ ਦਿਖਾਈ ਜਾਂਦੀ ਬੂਟ ਮੇਰੇ ਬੂਟ ਰੈੱਡ ਟੇਪ ਦੇ ਗਾਇਸ ਰੈੱਡ ਟੇਪ ਕਿੱਥੇ ਲਿਖਿਆ ਨਾਲ ਕੱਲ੍ਹ ਦੇ ਨਾ ਮੇਰੇ ਨੇ ਇੱਕ ਦਿਨ 6 ਵਾਰੀ ਅਗਲੇ ਦਿਨ ਉਹਨੇ 3 ਵਾਰੀ ਅਗਲੇ ਦਿਨ ਉਹ ਵੀ ਨੇ ਮੈਂ ਧੋਤੇ ਫਿਰ ਨੇ ਮਿੱਦੇ ਮੇਰੇ ਧੋਤੇ ਹੋਏ ਮਿੱਦੇ ਇਹਨੂੰ ਇਹਦਾ ਨਾਮ ਰੱਖ ਲੈਣਾ ਬੂਟ ਮਿੱਦਣਾ ਬੂਟ ਮਿੱਦਣਾ ਤੇ ਮੰਮੀ ਆਉਂਦੀ ਆ ਯਾਰ ਮੰਮੀ ਫਿਰ ਤੇ ਥੱਕੇ ਪਿਆ ਯਾਰ ਐਂ ਕਦੋਂ ਕਰਦੀ ਆ ਯਾਰ ਪਾਣੀ ਪੀ ਲਓ ਪਾਣੀ ਕੀ ਕਰਨ ਡਿਆ ਬੋਤਲ ਨੂੰ ਸੁਸੂ ਆਇਆ ਮੋਟੇ ਦਾ ਸੁਸੂ ਕਰਦਾ ਤੂੰ ਕੀਤਾ ਪੂਰੇ 20 ਮਿੰਟ ਖੜਾਇਆ ਇਹਨੇ ਕਹਿੰਦੇ ਮੈਂ ਕਵਰ ਦਿਖਾਊਂਗਾ ਜੀ ਆਹ ਕਵਰ ਲਿੱਤਾ ਸੀ ਉਹ ਮੈਂ ਸੋਹਣਾ ਆ ਹਾਂਜੀ ਸੋਹਣਾ ਮੈਨੂੰ ਸੋਹਣਾ ਲੱਗਦਾ ਅਤੇ ਘਰੇ ਪਹੁੰਚ ਗਏ ਆਪਾਂ ਵਲੋਗ ਆਪਾਂ ਇੱਥੇ ਐਂਡ ਕਰਦੇ ਹਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਜ਼ਰੂਰ ਦੱਸਿਓ ਕਿ ਵਲੋਗ ਕਿੱਦਾਂ ਦਾ ਲੱਗਿਆ ਅਤੇ ਇੱਦਾਂ ਹੀ ਚੈਨਲ ਨੂੰ ਦੇਖਦੇ ਰਹੋ ਵੀਡੀਓਜ਼ ਦੇਖਦੇ ਰਹੋ ਸਟੇ ਟਿਊਨ ਘੰਟੀ ਵਜਾ ਦਿਓ ਵਾਲੀ ਐਂ ਵਾਲੀ
ਓਕੇ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਬਾਏ।